Like the video, subscribe to the channel and press the bell icon for latest video update. ਬਾਜੀ ਉਹਨਾਂ ਕੋਲ ਉਹੀ ਕਾਰ ਰਹਿੰਦੀ ਹੈ, ਉਹਨਾਂ ਕੋਲ ਉਹੀ ਅਰਦਲੀ ਰਹਿੰਦੀ ਹੈ, ਉਹਨਾਂ ਕੋਲ ਉਸ ਕਿਸਮ ਦਾ ਹੀ ਦਫ਼ਤਰ ਰਹਿੰਦਾ ਹੈ, ਉਹਨਾਂ ਕੋਲ ਉਹੀ ਤਨਖਾਹ ਮਿਲਦੀ ਹੈ, ਉਹੀ ਮੌਲੂਮੈਂਟਸ ਮਿਲਦੇ ਆ। ਜੇ ਇਹ ਜਗ੍ਹਾ ਤੋਂ ਬੀ ਜਗ੍ਹਾ ਲਾ ਦੇਣਗੇ ਤਾਂ ਕੀ ਚਲੇ ਜਾਊਗਾ? ਕੀ ਫਰਕ ਪੈ? ਮਕਸਦ ਇਹ ਹੈ, ਫਰਕ ਇਹ ਪੈਣਾ ਹੈ ਕਿ ਲੁਕਰੇਟਿਵ ਪੋਸਟ ਜਿਹੜਾ ਵਰਡ ਹੈ ਨਾ, ਉਹ ਆਪਣੇ ਆਪ ਚ ਐਕਸਪਲੇਨ ਕਰ ਦਿੰਦਾ ਹੈ। ਜਿਹਦੇ ਚ ਆਪਣਾ ਬਜਦਾ ਤਨਖਾਹ ਤੋਂ ਇਲਾਵਾ ਜਿਹੜਾ ਤੁਸੀਂ ਮਾਲ ਇਕੱਠਾ ਕਰਦੇ ਹੋ ਉਹ ਨਹੀਂ ਇਕੱਠਾ ਕਰਦਾ, ਇਸ ਵਜ੍ਹਾ ਕਰਕੇ ਚੁੱਕਦੇ ਆ। ਐਂਡ ਜਿਹੜਾ ਚੁੱਕੂਗਾ ਉਹ ਬੇਈਮਾਨੀ ਹੋਊਗਾ, ਐਂਡ ਬੇਈਮਾਨੀ ਚੁੱਕੂਗਾ, ਦੋਨੇ ਗੱਲਾਂ ਇੱਕ ਦੂਜੇ ਨਾਲ ਟੁੱਕਦੀਆਂ। ਦਰਸ਼ਕੋ, ਇਹ ਖਬਰ ਹੈ ਸਕਾਲਰਸ਼ਿਪ ਘੁਟਾਲੇ ਸੰਬੰਧੀ CBI ਟੀਮ ਵੱਲੋਂ ਰਿਕਾਰਡ ਮੰਗਣ 'ਤੇ ਸਰਕਾਰ ਵਿੱਚ ਤਰਸੱਲੀ। ਤੁਹਾਨੂੰ ਪਤਾ ਹੈ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ, ਉਹਨਾਂ 'ਤੇ ਇਲਜ਼ਾਮ ਹੈ 63.91 ਕਰੋੜ ਰੁਪਏ ਦਾ ਜਿਹੜਾ ਘਪਲੇਬਾਜ਼ੀ ਹੋਈ ਆ, ਜਿਹਦੇ ਲਈ ਸਿੱਧੇ ਜਿਹੜੇ ਮੰਤਰੀ ਉਹ ਜ਼ਿੰਮੇਵਾਰ ਹੈਗੇ ਆ। ਮੰਤਰੀ ਨੂੰ ਦੋਸ਼ ਮੁਕਤ ਕਰਨ ਵਾਲੇ ਅਧਿਕਾਰੀ, ਜਿਹੜੇ 3 IS ਅਧਿਕਾਰੀਆਂ ਦੀ ਚੀਫ ਸੈਕਟਰੀ ਨੇ ਟੀਮ ਬਣਾਈ ਸੀ, ਉਹਨਾਂ ਨੂੰ ਵੀ ਹੁਣ ਆਪਣੀ ਚਿੰਤਾ ਪਈ ਹੈਗੀ, ਇਸ ਅੱਜ ਦੀ ਖਬਰ ਵਿੱਚ ਹੈਗਾ, ਤੁਹਾਨੂੰ ਪਤਾ ਹੈਗਾ। ਇਹ ਤੋਂ ਇਲਾਵਾ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ 2 ਪੰਜਾਬ ਦੇ ਹੋਰ ਮੰਤਰੀ, ਰਾਣਾ ਸੋਢੀ ਅਤੇ ਸ਼ਾਮ ਸੁੰਦਰ ਅਰੋੜਾ, ਉਹਨਾਂ 'ਤੇ ਵੀ ਕੁਛ ਇਸ ਤਰ੍ਹਾਂ ਦੇ ਕਰਪਸ਼ਨ ਦੇ ਇਲਜ਼ਾਮ ਹੈਗੇ ਆ। ਨਾਲ ED ਨੇ ਵੀ ਹੁਣ ਫਰੈਸ਼ ਇਨਵੈਸਟੀਗੇਸ਼ਨ ਇੰਡੀਪੈਂਡੈਂਟਲੀ CBI ਤੋਂ ਸ਼ੁਰੂ ਕਰ ਦਿੱਤੀ ਹੈਗੀ ਆ। ਮੈਨੂੰ ਲੱਗਦਾ ਹੈਗਾ ਇਹਦੇ ਵਿੱਚ ਕਾਫੀ ਸੱਚਾਈ ਸਾਹਮਣੇ ਆ ਜਾਣੀ ਹੈਗੀ ਆ। ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅਸੀਂ ਲੁਧਿਆਣਾ ਤੋਂ ਐਕਸ MLA ਹਰੀਸ਼ ਰਾਏ ਟਾਂਡਾ ਜੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਹੈਗਾ ਕਾਨੂੰਨ ਤੋਂ ਉੱਪਰ ਕੋਈ ਨਹੀਂ, ਜਿਵੇਂ ਓਮ ਪ੍ਰਕਾਸ਼ ਚਟਾਲਾ ਹਰਿਆਣਾ ਦੇ ਜਿਹੜੇ ਸਾਬਕਾ ਮੁੱਖ ਮੰਤਰੀ, ਉਹਨਾਂ ਨੂੰ ਵੀ ਸਜ਼ਾ ਹੋਈ ਸੀ। ਕੋਈ ਵੀ ਜਿਹੜਾ ਗਲਤੀ ਕਰੇਗਾ ਉਹਨੂੰ ਜੇਲ੍ਹ ਜਾਣਾ ਪੈ ਸਕਦਾ ਹੈਗਾ। ਦਰਸ਼ਕੋ, ਕੈਪਟਨ ਅਮਰਿੰਦਰ ਸਰਕਾਰ ਦੇ 2 ਮੰਤਰੀ ਸਾਧੂ ਸਿੰਘ ਧਰਮਸੋਤ, ਉਹਨਾਂ ਦੁਆਲੇ CBI ਇਨਕੁਆਇਰੀ ਜਿਹੜੀ ਹੈਗੀ ਆ ਲੱਗੀ ਹੈਗੀ ਆ। ਉਹਦੇ 'ਤੇ ਜੋ ਕੁਛ ਉਹਨਾਂ ਨੇ ਇਲਜ਼ਾਮ ਹੈਗਾ ਘਪਲੇਬਾਜ਼ੀ ਕੀਤੀ ਹੈਗੀ, ਕਿੰਨੀ ਹੋਈ ਹੈਗੀ, ਉਹ ਜਿਹੜੀ ਸਾਹਮਣੇ ਆ ਜਾਏਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਦੂਸਰਾ ਇੱਕ ਹੋਰ ਮੰਤਰੀ ਸ਼ਾਮ ਸੁੰਦਰ ਅਰੋੜਾ, ਉਹ ਇੰਡਸਟਰੀਅਲ ਜਿਹੜਾ ਹੈਗਾ ਪਲੋਟਸ ਵਿੱਚ ਜਿਹੜਾ ਹੈਗਾ ਇੱਕ ਮੇਜਰ ਘਪਲੇਬਾਜ਼ੀ ਆਈ ਹੈਗੀ। ਇਹਨਾਂ ਦੋਨੋਂ ਟੋਪਿਕ 'ਤੇ ਅਸੀਂ ਡਿਟੇਲ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਤੋਂ ਆਨਲਾਈਨ ਜੁੜੇ ਨੇ ਹਰੀਸ਼ ਰਾਏ ਟਾਂਡਾ ਜੀ, ਜੋ ਕਿ ਸਾਬਕਾ MLA ਹੈਗੇ ਆ, ਬਹੁਤ ਸੁਲਝੇ ਸਿਆਸਤਦਾਨ ਹੈਗੇ ਆ, ਬਹੁਤ ਵੀ ਵਕੀਲ ਹੈਗੇ ਆ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਰਹੇ ਹੈਗੇ ਆ, ਤੇ ਮੌਜੂਦਾ ਸਮੇਂ ਮੈਂਬਰ ਵੀ ਹੈ। ਟਾਂਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈਗਾ। ਧੰਨਵਾਦ ਭਾਜੀ। ਸਭ ਤੋਂ ਪਹਿਲਾਂ ਅਸੀਂ ਸਾਧੂ ਸਿੰਘ ਧਰਮਸੋਤ ਦਾ ਡਿਸਕਸ ਕਰਦੇ ਹੈਗੇ ਆ। ਦਰਸ਼ਕੋ, ਤੁਹਾਨੂੰ ਪਤਾ ਹੈਗਾ ਕਿਵੇਂ ਜਿਹੜਾ ਪੋਸਟ ਮੈਟ੍ਰਿਕ ਸਕੋਲਰਸ਼ਿਪ SC ST ਸਟੂਡੈਂਟਸ ਲਈ, ਉਹਦੇ ਵਿੱਚ ਜਿਹੜੇ ਪਹਿਲੇ ਐਡੀਸ਼ਨਲ ਚੀਫ ਸੈਕਟਰੀ ਨੇ ਇਨਕੁਆਇਰੀ ਕੀਤੀ ਸੀ, ਫਿਰ ਮੁੜ ਕੇ ਇਹਦੇ 'ਤੇ ਉਹ ਇਲਜ਼ਾਮ ਲਾਏ ਸੀ। ਹੁਣ ਕੇਂਦਰ ਸਰਕਾਰ ਨੇ ਇਹਦੇ 'ਤੇ CBI ਇਨਕੁਆਇਰੀ ਕੀਤੀ ਹੈਗੀ। ਟਾਂਡਾ ਸਾਹਿਬ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਇਨਕੁਆਇਰੀ ਆਈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆ ਜਾਏਗਾ ਸਾਹਮਣੇ ਹੁਣ? ਬਿਲਕੁਲ ਆਏਗਾ ਜੀ, ਕਿਉਂਕਿ ਜਿਹੜੇ ਫੰਡਸ ਹੈ ਇਕੱਲੇ ਸਟੇਟ ਗਵਰਨਮੈਂਟ ਦੇ ਨਹੀਂ ਹੈ, ਇਹਦੇ ਵਿੱਚ ਕੰਟਰੀਬਿਊਸ਼ਨ ਗਵਰਨਮੈਂਟ ਆਫ ਇੰਡੀਆ ਦੀ ਵੀ ਹੈ। ਉਹਨਾਂ ਦਾ ਵੀ ਡਿਊਟੀ ਬਣਦੀ ਸੀ ਕਿ ਇਨਕੁਆਇਰੀ ਕਰਾਈ ਜਾਵੇ। ਪ੍ਰੀਲਿਮਿਨਰੀ ਇਨਕੁਆਇਰੀ CBI ਨੇ ਜਿਹੜਾ ਚੰਡੀਗੜ੍ਹ ਆਫਿਸ ਆ ਉਹਨੇ ਸ਼ੁਰੂਆਤ ਕਰ ਲਈ ਹੈ, ਐਂਡ ਇਹਦੇ ਵਿੱਚ ਕਈ ਸਕੈਲਟਨਸ ਗਿਰਨਗੇ ਕਪਬੋਰਡ ਦੇ ਵਿੱਚ ਜਿਹੜੇ ਹੈਗੇ। ਇਹ ਜਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਨੇ ਉਹਨਾਂ ਨੂੰ ਪੋਲੀਟੀਕਲ ਮਨਸ਼ਾ ਦੇ ਨਾਲ ਕਲੀਨ ਚਿੱਟ ਦਿੱਤੀ, ਉਹ ਦੇਣੀ ਨਹੀਂ ਸੀ ਚਾਹੀਦੀ। ਜਦ ਇੱਕ ਸੈਕਟਰੀ ਨੇ ਬੜਾ ਕਲੈਰਿਟੀ ਦੇ ਨਾਲ ਪੂਰੀ ਆਪਣੀ ਡਿਟੇਲਡ ਰਿਪੋਰਟ ਦਿੱਤੀ ਕਿ ਕਿਸ ਤਰ੍ਹਾਂ ਜਿਹੜੇ ਸ਼ਡਿਊਲ ਕਾਸਟ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਹੈ ਉਹ ਇੱਕ ਮੰਤਵ ਦੇ ਨਾਲ ਖਾਧੇ ਜਾਂਦੇ ਆ, ਸਿਲੈਕਟਡ ਬੰਦਿਆਂ ਨੂੰ ਦੇ ਕੇ ਸਾਈਫਨ ਆਫ ਕੀਤੇ ਜਾਂਦੇ ਆ। ਬਹੁਤ ਬੜਾ ਇਸ਼ੂ ਸੀ, ਇਹਨੂੰ ਇਸ ਤਰ੍ਹਾਂ ਕਾਰਪੇਟ ਦੇ ਨੀਚੇ ਦਬਣਾ ਮੁਨਾਸਬ ਨਹੀਂ ਸੀ। ਹਾਂਜੀ, ਇੱਕ ਟਾਂਡਾ ਸਾਹਿਬ ਮੈਂ ਕਲੈਰੀਫਿਕੇਸ਼ਨ ਚਾਹੁੰਦਾ। ਪਹਿਲੇ ਤਾਂ ਐਡੀਸ਼ਨਲ ਚੀਫ ਸੈਕਟਰੀ ਨੇ ਉਸ ਵੇਲੇ ਇਨਕੁਆਇਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਇੰਨਾ ਜਿਹੜਾ ਇਹਦੇ ਵਿੱਚ ਹੇਰਾਫੇਰੀ ਹੋਈ ਆ। ਮੁੜ ਕੇ ਜਿਹੜੀ ਇਨਕੁਆਇਰੀ ਕੀਤੀ ਹੈਗੀ ਉਹ ਕੀਤੀ ਤਾਂ ਅਫਸਰਾਂ ਨੇ, ਫਿਰ ਉਹ ਅਫਸਰ ਦੀ ਨੀ ਹੁਣ ਫਸਣਗੇ, ਸਰਕਾਰਾਂ ਪੋਲੀਟੀਸ਼ੀਅਨ ਤਾਂ ਫਿਰ ਲਾਂਭੇ ਰਹਿ ਜਾਂਦੀਆਂ। ਇਹਦੇ ਬਾਰੇ ਕੀ ਵਿਚਾਰ ਆ ਭਾਜੀ? ਅਫਸਰ ਜਦ ਆਪਣੀ ਜ਼ਿੰਮੇਦਾਰੀ ਭੁੱਲ ਜਾਂਦੇ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਆਰਡਰ ਕਰਨ ਲੱਗ ਜਾਂਦਾ, ਫਿਰ ਸੂਬੇ ਦਾ ਕੀ ਬਣੂਗਾ? ਇਸੇ ਲਈ ਤਾਂ ਉੱਜੜ ਰਿਹਾ ਹਿੰਦੁਸਤਾਨ ਦਾ ਉਜਾੜੇ ਦੀ ਵਜ੍ਹਾ ਇਹ ਅਫਸਰ ਹੈ, ਜਿਹੜੇ ਰੀੜ ਦੀ ਹੱਡੀ ਦੇ ਬਿਨਾਂ ਵਾਲੇ ਅਫਸਰ ਹੈ।
एक अद्धा अफसर जिहड़ा ईमानदार आ बेचारा लिखदा है उहनूं लताड़ दिंदे उहनूं चक के बदल भी दिता अफसर नूं सजा दे दित्ती उहनूं बदल दिता उहदी जिहड़ी रिपोर्ट है उसनूं वाइट वॉश कर दिता वाइट वॉश करके मंत्री नूं बचा लिया पर इह बहुत दुखदाई गल है पहलां भी स्कैंडल एवें ही बचे जिहड़ा अमृतसर लैंड का स्कैंडल सी कैप्टन साहब भी बच गए किस तरह मिली भुगत दे नाल बचे उही हालात नहीं अफसरां कोल इवन आईएएस अफसरां कोल ऑप्शन कोई नहीं वो सरकार दा दबाव हैगा जिन्ना मर्जी फन्ने कहां होवे वो भी फिर प्रेशर दे ले तां आई जांदा उहनां कोल की ऑप्शन है बाजी उहनां कोल उही कार रहिंदी उहनां कोल उही अर्दली रहिंदी उहनां कोल उस किस्म दा ही दफ्तर रहिंदा उहनां कोल उही तनखाह मिलदी है उही मोलूमेंट्स मिलदे हैं जे ए जगह तो बी जगह ला देणगे तां की चले जाऊगा की फर्क पै मकसद ए है फर्क यह पैना है कि लुकरेटिव पोस्ट जो वर्ड है ना वो अपने आप च एक्सप्लेन कर देता है जिदे च अपना बजदा तनखाह तो अलावा जिहड़ा तुसीं माल इकट्ठा करदे हो वह नहीं इकट्ठा करदा इस वजह करके झुकते हैं एंड जिहड़ा झुकूगा वह बेईमानी होगा एंड बेईमानी झुकूगा दोनों गल्लां एक दूजे नाल ढुकदी हैं हाँ बिल्कुल दर्शको ढांडा साहब की गल ठीक है चाहे कोई आई आई एस अफसर चाहे पोलिटिशन आ जे कोई झुकता हैगा वो अपने वैस्टड इंट्रस्ट वो सामने है करके झुक जाता है क्योंकि वह अपना इंट्रस्ट भी उस प्रोसैस में जरूर होएगा ये ढांडा साहब एक दो गल हो पुछना चलो ये तो हम इनकुआरी की होंगी हैगी है जेडे एस सी एस टी कैटेगरी के स्टूडेंट से जिन्होंने कोई ब्रिलियंट भी सचमुच पढ़ना चाहते थी उन्हों का तो बेचारा का नुकसान हो गया उन्होंने पेरेंट्स का नुकसान हो गया वो कैरियर के पिछे चल गए उन्होंने बारे की कहना चाहते हो बिल्कुल ठीक है इन्होंने बहुत हद तक बच्चे यहोजे हैं जिहड़े एजुकेशन की फीसा अफोर्ड नहीं कर सकते यही वजह से कि अपलिफ्टमेंट है जी शेड्यूल कास्ट लिए उन्होंने लिए स्कीम बनी सी एंड वो हैरस हुए हैं बुरी तरह कई कॉलेजेस ने तो उन्हों दी डिग्रीज नहीं दिखाई डिग्रीज रोक दी कॉलेज भी सच्चे उन्होंने तनखाह देनिया टीचर्स को कितों तनखाह दे गवर्नमेंट ऑफ द डे कहती है कि थोनों इन्हों तो फीस लैन की लड़ नहीं फीस असी देवे ये फिर देनी चाहिए है एक्चुअली तो रादर दैन कॉलेज देने की बजाय बच्चों के अकाउंट च जानी चाहिए जोड़ा बच्चों की जिनी फीस है उन्नी फीस उन्होंने अकाउंट चले जाए वो कॉलेज पे कर दें हाँ ये बहुत अच्छा थोड़ा सुझाव हैगा कॉलेज नूं देण दी बजाए अजकल हर बच्चे का अकाउंट आकाउंट लो तो वो अकाउंट पर सीधा पैसा वो ट्रांसफर कर दे कॉलेज बायोमीडिया रखने की तो कोई लोड़ ही नहीं पाती बिल्कुल ठीक है जिहड़ा बच्चा एडमिशन लैंदा वो अपनी एडमिशन की इनफॉर्मेशन पोर्टल च पावे गवर्नमेंट के पोर्टल च नाल अपना यूनिवर्सिटी का रजिस्ट्रेशन नंबर पावे वो जदों पा दिंदा है गवर्नमेंट ऑफ इंडिया कॉलेजेस नूं कहे कि थोड़ा डेटा स्टूडेंट्स का वो तुसी अपलोड करो वो तो वेरीफाई एक सैकंड च हो जाना सॉफ्टवेयर ना बंदे लाने की लोड़ नहीं कोई लाने की लोड़ नहीं जिहड़े बच्चे ने एडमिशन ली है वो अकाउंट दे विच पैसा भेज दो मसला बड़ा सौखा है जे चोरी रोकण का इरादा हो जे चोरी करा का इरादा है तो चोरों के नाल रल के पैसे खाण का इरादा है फिर तो जो साधु सिंह धर्मसोट कहूगा उही होगा पैसे खाधे जाणगे एक ढांडा साहब जिन्ना क मेरी नॉलेज यह है तुसी तां थोड़ी नॉलेज ज्यादा होना चाहिए मेरे नालों बहुत सारिया खास तौर पर नर्सिंग इंस्टीट्यूट ने ईवन स्कूल कॉलेज वाले ने फर्जी वो जो बच्चे कई शो कर दिते है अपने रिकॉर्ड में प्लस टू च इन्ने नर्सिंग इन्ने इधर इन्ने वो सारा एक बिल बना के भेज दिता इदा कई सालों तो यो चल रहा है मिल मिला के फैक्ट है नॉलेज है यही फैक्ट है स्कैंडल ही यही अच्छा स्कैंडल ही यही है हाँ हाँ जी घोस्ट बच्चे दिखाए हुए हैं तो जिन्हों का एलिजिबिलिटी है नहीं गी वह लै रहे हैं पैसे दे के जिन्हों की एलिजिबिलिटी है उन्होंने मिल नहीं रहे पैसे ਇਹਦਾ ਸੋਲੂਸ਼ਨ ਕੀ ਲੱਗਦਾ ਜਿਹੜੇ ਮੰਨ ਲਓ ਸ਼ੋ ਕਰਦੇ ਬੱਚਿਆਂ ਦੇ ਉਹਨਾਂ ਦੇ ਅਕਾਊਂਟ ਵਿੱਚ ਸਿੱਧਾ ਜਾਵੇ ਫਿਰ ਜਿਹੜਾ ਨੰਬਰ 2 ਦਾ ਧੰਦਾ ਉਹ ਸਾਰਾ ਮਿਰਖਲ ਬੰਦ ਹੋਣੇ ਦੀ ਸੰਭਾਵਨਾ ਹੈਗੀ ਆ ਬਿਲਕੁਲ ਕਰੈਕਟ ਹੈ ਹੁਣ ਤਾਂ ਸਿਸਟਮ ਹੀ ਬਹੁਤ ਸੌਖਾ ਹੈ ਹਰੇਕ ਦੇ ਅਕਾਊਂਟ ਗਵਰਨਮੈਂਟ ਆਫ ਇੰਡੀਆ ਨੇ ਖੋਲ੍ਹੇ ਹੋਏ ਆ ਆਧਾਰ ਦੇ ਨਾਲ ਅਕਾਊਂਟ ਅਟੈਚਡ ਹੈ ਤੁਸੀਂ ਭੇਜੋ ਬੱਚਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਸਿੱਧੇ ਹਾਂਜੀ 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 ਚਲੋ ਇੱਕ ਬੱਚੇ ਹਾਂਜੀ ਇਸ ਇਸ਼ੂ ਦਾ ਜਿਹੜੀ ਮੈਂ ਕਰਨੀਆਂ ਚਾਹੁੰਦਾ ਹੈਗਾ ਦੇਖੋ
वैसे तो चलो जनरल कैटेगरी जो भी कुछ फैमिली से बड़ी गरीबी हैगी जो पर्टिकुलरली असी एससी एसटी के कैंडीडेट देखा जाए उन्होंने कुछ फैमलिया जो प्रोस्पैरिटी हैगी आ बहुत सारिया फैमलिया अजे भी बहुत गरीबी हैगी और कुछ बच्चे बड़े बच्चे ब्रिलियंट भी जेडे अगे पर्टिकुलरली पढ़ के प्रोफेसनल कैरियर बनाना चाहते है उन्होंने माँ बाप न बच्चों की एडवाइस देना चाहो इदा के सिस्टम कि टाइट ओवर कर देखो तुम मॉडल्स पूरे वर्ल्ड के थोड़े अगे डिवेलप्ड वर्ल्ड के मॉडल्स देखने पैणगे जिहड़ी एजुकेशन है ये अफोर्डेबल होनी चाहिए ताकि लोगों के मीनस हो जे एक लायक बच्चा है जे किसी किस्म की भी वह एजुकेशन परस्यू करना चाहता है वो ये अड़का ना पवे कि पैसे देने हूँ जिन्हें भी डिवेलप कंट्रीज हैं उन्होंने जिहड़ियां काउंटीज हैं म्युनिसिपल स्कूल्स रन कर दी हैं एंड जिहड़ी म्युनिसिपैलिटी च तुसीं रहिंदे हो उस काउंटी के बच्चे नूं स्कूल की एडमिशन दे विच राइट है वो तो एक नवा पैसा नहीं लिया क्योंकि वह टैक्स इकट्ठा कर टैक्स कलैक्टिवली सब तो इकट्ठा होंगे तो टैक्स जो आता है वह सोशल एंगल ना आता है जिसे कोई बड़ा मकान है वो वध लगू जिसे कोई छोटा मकान है तो घट लगू पर जे तुम एक काउंटी रेंदे हो जिस टैक्स घट है फिर उत्थे एजुकेशन सिस्टम है जो उन्ना वधिया नहीं है फिर तुम उस रहो जब तुम एक ऐसी काउंटी रेंदे हो जिदे विच टैक्स ज्यादा है एंड अच्छी एजुकेशनल इंस्टीट्यूशन है लोग की करते हैं इस तरह काउंटियां बदल के चले जाते हैं रहना शुरू कर देंगे और कहें छोटी काउंटी जिसे टैक्स घट है मैं चार कमर के मकान च रहने की बजाय मैं दूजी काउंटी चले जाना चाहे वह एक कमरे च रहना पवे पर मेरा बच्चा पढ़ूगा इस तरह यूनीवर्सिटी तक की एजुकेशन है जी काउंटी टेक ओवर करती है ये सिस्टम जहाजा है इवॉल्व करना पैना है जोड़ा फ्री एजुकेशन हाँ जी बकायदा बेंचेस नहीं है लैबोरेटरीज नहीं है सो हालात की है मुफ्त तो हो गया पर मुफ्त जो पढ़न वाला जो मनार है वह एडा डिग जाता है तो कोई बच्चा पढ़ना ही नहीं चाहता यही हाल सिविल हस्पताल का मुफ्त कह देंगे छाती ठोक के कही चलो जी मुफ्त है जी मुफ्त है जी आज मुफ्त कुछ हो जान बचानी है हुण सरकारी स्कूलों के दलित परिवारों के बच्चे या लैंडलैस के बच्चे पढ़ते हैं एंड उत्थे क्वालिटी ऑफ एजुकेशन इन्नी पुअर है कि दसवीं तक जिहड़ा कर गया 30-40% उहदे बाद कुछ हायर एजुकेशन च जान योग ही नहीं रहिंदा उहदी जिहड़ी बुनियादी ढांचा है बच्चे का एजुकेशन का इन्ना कमजोर हो जाता है वह उहदे च कंपीटिटिवनैस रहिंदी ही नहीं खत्म ही हो जाती एक चलो मैं मेन सवाल ते बाद ते आउणा एक मैं इहदे नाल रिलेटड सवाल पुछदा हैगा कोई पंजाब गवर्नमेंट नूं कोई इदां दा कानून नहीं बना देना चाहिए जिन्हें पंजाब गवर्नमेंट के अफसर है ईवन जिहड़े एमएलए मंत्री वगैरह हैगे आ क्योंकि वह सरकार दी फैसिलिटी इंजॉय करते जिहड़े उन्होंने बच्चे हैगे आ जां जिहड़े उन्होंने ग्रैंड चिल्ड्रन जिहड़े भी हैगे आ वह सारे गवर्नमेंट स्कूलों में पढ़न इहदे नाल सुधार हो जाएगा इहदे बारे की विचार है बिल्कुल सुधार नहीं होना जी देखो तुसीं बच्चियां ते थोड़ा एमरजेंसी ला सकते हो कि तुम उस स्कूल पढ़ो जिथे एजुकेशन ही है ये तो एक वधिया तरीका नहीं है मेन चीज यह होनी चाहिए है कि तुम गवर्नमेंट स्कूल्स का भाजी खर्चा कट के देखो गवर्नमेंट मेरे अनुसार एटलीस्ट गवर्नमेंट स्कूल का जो खर्चा है तुम तनखाह पा लो पेनशन पा लो इंफ्रास्ट्रक्चर पा लो 10 to 15,000 rupees महीना पर बच्चा है हाँ जी हाँ जी ठीक ठीक जी जी ਉਹਨਾਂ ਦਾ ਖਰਚਾ ਵੀ ਇਹਦੇ ਨਾਲੋਂ 1/3 ਨਹੀਂ ਹੁੰਦਾ ਸੋ ਜਦ ਤੁਸੀਂ ਇਹ ਹਾਲਾਤ ਸਿਸਟਮਸ ਨੂੰ ਇੰਪਰੂਵ ਕਰੋ ਤੁਸੀਂ ਜਿਹੜੇ ਸਕੂਲਸ ਹੈ ਬੇਮਤਲਬ ਸਕੂਲਸ ਖੋਲੇ ਹੋਏ ਹੈ ਬੇਮਤਲਬ ਅਪਗ੍ਰੇਡ ਕੀਤੇ ਹੋਏ ਹੈ ਤੁਸੀਂ ਕੁਆਲਿਟੀ ਆਫ ਐਜੂਕੇਸ਼ਨ ਸਕੂਲਸ ਦੀ ਇੰਪਰੂਵ ਕਰੋ ਉੱਥੇ ਏਸੀ ਨਹੀਂ ਚਾਹੀਦੇ ਉੱਥੇ ਬਹੁਤ ਵਧੀਆ ਬੈਂਚ ਨਹੀਂ ਚਾਹੀਦੇ ਉੱਥੇ ਬਹੁਤ ਵਧੀਆ ਐਟਮੋਸਫੀਅਰ ਚਾਹੀਦਾ ਹੈ ਤੇ ਪ੍ਰੋਪਰ ਟੀਚਿੰਗ ਸਟਾਫ ਚਾਹੀਦਾ ਜਿਹੜਾ ਬੱਚਿਆਂ ਨੂੰ ਪੜ੍ਹਾ ਸਕੇ ਜਿਹੜੇ ਤੱਪੜਾਂ ਤੇ ਬੈਠ ਕੇ ਬੱਚੇ ਪੜ੍ਹਦੇ ਸੀ
और टॉप लैवल से जे अब्दुल कलाम वर्गे बन सकते हैं, लाल बहादुर शास्त्री वर्गे बन सकते हैं, उस लैवल से पहुंच सकते हैं, डॉक्टर राधा कृष्ण वर्गे बन सकते हैं, तो अज के हिंदुस्तान दे विचों क्यों नहीं बन सकते जे अंग्रेज दे राज दे विचों एजुकेशन सिस्टम दे विचों। हाँ, जेडे कपड़ा वाले आईएएस आईपीएस दे जेडे हैगे आ होर सीनियर पोस्टां ते गए। डॉक्टर जॉल एक गवर्नमेंट स्कूल च पढ़े हैं, एक साधारण गवर्नमेंट स्कूल च हैं, एंड उन्हां दे शख्सियत दे बराबर दे हिंदुस्तान दे विच पंज उंगलां ते गिनन लायक बंदे नहीं लभदे। ये रियलाइज करो, इस किस्म दा सिस्टम दिओ, सिस्टम प्रोपर दिओ, उहनूं देखदा ही कोई नहीं। एजुकेशन मंत्री हुंदा टीचरां दीआं बदलियां च पैसे कमाउण दा कम रहिंदा, उहनूं होर कम ही नहीं रहिंदा। हां जी, हां जी। अच्छा, एक लास्ट सवाल इस टॉपिक दा, ਇਹ ਹੁਣ ਇਨਕੁਆਇਰੀ ਸੀਬੀਆਈ ਇਨਕੁਆਇਰੀ ਹੋਏਗੀ, ਇਹ ਹੁਣ ਮੰਨ ਲਓ ਮਹੀਨੇ ਕੁ ਵਿੱਚ ਵਿੱਚ ਕਾਗਜ਼ ਦੇਣਗੇ, ਡਾਕੂਮੈਂਟ ਦੇਣਗੇ, ਉਹ ਵੀ ਪਤਾ ਨਹੀਂ ਕੋਈ ਬਹਾਨੇ ਬੁਹਾਨੇ ਨਾ ਪਾ ਦੇਣਾ ਇੱਥੋਂ ਆਹ ਜੀ ਪ੍ਰੋਬਲਮ, ਜੇ ਮੰਨ ਲਓ ਚਲੇ ਵੀ ਗਏ ਡਾਕੂਮੈਂਟਸ, ਇਹ ਚਾਰ ਪੰਜ ਛੇ ਮਹੀਨੇ ਰਹਿੰਦਾ ਸੈਸ਼ਨ ਹੈਗੇ ਆ, ਜਿੰਨੇ ਮੰਤਰੀ ਆ ਤਾਂ ਸਾਧੂ ਸਿੰਘ ਧਰਮਸੋਤ ਨੇ ਟਰਨੋਰ ਤਾਂ ਪੂਰੀ ਇੰਜੋਏ ਕਰ ਲਈ, ਮੁੜ ਕੇ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ ਨਿਕਲਣਾ ਹੈਗਾ, ਇਹਦੇ ਬਾਰੇ ਕੀ ਵਿਚਾਰ ਹੈ? ਇਹ ਇਨਕੁਆਇਰੀ ਪਹਿਲਾਂ ਨਹੀਂ ਸੀ ਹੋਣੀ ਚਾਹੀਦੀ? ਲਾਲੂ ਜੀ ਸਜ਼ਾ ਕੱਟ ਰਹੇ, ਕਿੰਨੀ ਵਾਰ ਮੁੱਖ ਮੰਤਰੀ ਰਹੇ, ਜੈ ਲਲਿਤਾ ਜੀ ਅੱਲਾ ਮੀਆਂ ਨੂੰ ਪਿਆਰੇ ਹੋ ਗਏ, ਪਰ ਉਹ ਉਹਨਾਂ ਨੇ ਕੀ ਕੀਤਾ? ਦੇਖੋ, ਤੁਸੀਂ ਸਿਸਟਮ ਐਸਾ ਬਣਾਉਣਾ ਪਓ ਜਿਹਦੇ ਚ ਕਰਪਸ਼ਨ ਕਰ ਨਾ ਸਕਣ, ਜਿਹੜਾ ਲੀਕਿੰਗ ਪੁਆਇੰਟਸ ਹੈ ਉਹ ਸਿਸਟਮ ਚ ਹੋਣੇ ਨਹੀਂ ਚਾਹੀਦੇ, ਕੀਤੇ ਜਾ ਸਕਦੇ, ਪਰ ਕੌਣ ਕਰੂਗਾ? ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਕਿ ਲੀਕਿੰਗ ਪੁਆਇੰਟ ਰੋਕਣ, ਉਹੀ ਲੀਕਿੰਗ ਪੁਆਇੰਟਸ ਚੋਂ ਸਾਈਫਨ ਕਰਦੇ ਹਨ। ਇਹ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ ਉਹ ਮਾਰਦਾ, ਉਹਨੂੰ ਜਦ ਦੂਰ ਕਰਨਾ ਪਊਗਾ। ਇਹ ਤਾਂ ਇੱਕ ਦੇਖੋ, ਸਾਡੇ ਪ੍ਰੋਬਲਮ ਕੀ ਹੈ, ਲੈਜਿਸਲੇਚਰ ਤੇ ਐਗਜ਼ੈਕਟਿਵ ਇਕੱਠੀ ਹੈ, ਲੈਜਿਸਲੇਚਰ ਚੋਂ ਐਗਜ਼ੈਕਟਿਵ ਅਮਰਜ ਕਰਦੀ ਹੈ। ਜਦ ਅਮੈਰੀਕਨ ਸਿਸਟਮ ਦੇਖੋ, ਉੱਥੇ ਲੈਜਿਸਲੇਚਰ ਅਲੱਗ ਹੈ, ਐਗਜ਼ੈਕਟਿਵ ਅਲੱਗ ਹੈ। ਤੁਸੀਂ ਦੇਖੋ ਕਿਸ ਤਰ੍ਹਾਂ ਸੈਨੇਟ ਤੇ ਕਾਂਗਰਸ ਦਾ ਉੱਥੇ ਕਨਫਲਿਕਟ ਹੁੰਦਾ, ਸ਼ਰੇਆਮ ਰੋਕਦੇ ਹੈ ਐਗਜ਼ੈਕਟਿਵ, ਆਪਣੇ ਰੋਕਣ ਵਾਲਾ ਕੋਈ ਵੀ ਨਹੀਂ, ਆਪਣੇ ਲਾਅ ਬਣਾਉਣ ਵਾਲੇ ਆ ਜਿਹੜੇ, ਉਹੀ ਲਾਅ ਤੋੜਨ ਵਾਲੇ ਆ, ਤੇ ਉਹੀ ਲਾਅ ਬਣਾਉਂਦੇ ਆ ਜਿਹੜੇ ਉਹਨਾਂ ਨੂੰ ਲਾਅ ਤੋੜ ਕੇ ਬੇਈਮਾਨੀ ਕਰਨੀ, ਕਰਪਸ਼ਨ ਕਰਨੀ ਸੌਖੀ ਹੋ ਜਾਵੇ। ਫੂਲ ਪਰੂਫ ਜਦ ਤੁਸੀਂ ਸਿਸਟਮ ਐਂਡ ਰੂਲਸ ਨਹੀਂ ਬਣਾਓਗੇ, ਜਿਹਦੇ ਵਿੱਚ ਐਬਰੀਵੇਸ਼ਨ ਆਈ ਨਹੀਂ ਸਕਦੀਆਂ, ਕੋਈ ਖਾਈ ਨਹੀਂ ਸਕਦਾ। ਹੁਣ ਮੈਂ ਉਦਾਹਰਨ ਦੇ ਤੌਰ ਤੇ ਸੁਣਾਉਂਦਾ ਤੁਹਾਨੂੰ, ਜੇਲ੍ਹ ਦਾ ਜਿਹੜਾ ਪਹਿਰਾ ਹੁੰਦਾ, ਉਹ ਜੇਲ੍ਹ ਦੀ ਕੰਧ ਤੇ ਪਹਿਰਾ ਹੁੰਦਾ, ਤਾਂ ਇੱਕ ਬੰਦਾ ਜਿਹੜਾ ਉੱਥੇ ਸੁਪਨੇਟ ਬੈਠਾ ਹੁੰਦਾ, ਉਹ ਬੈਟਨ ਅਗਲੇ ਨੂੰ ਫੜਾ, ਉਹਦਾ ਪਤਾ ਹੈ ਕਿ ਉਹਨੇ ਪੰਜ ਮਿੰਟ ਦੇ ਵਿੱਚ ਇੰਨਾ ਏਰੀਆ ਕਵਰ ਕਰਨਾ, ਉਹਨੇ ਜਾ ਕੇ ਅੱਗੇ ਬੈਟਨ ਪਾ ਦੇਣਾ, ਉਸਨੇ ਅਗਲੇ ਨੇ ਅੱਗੇ, ਜਿਹੜਾ ਚੇਨ ਹੈ ਉਨੇ ਟਾਈਮ ਦੇ ਵਿੱਚ ਉਹਦੇ ਕੋਲ ਸੁਪਨੇਟ ਕੋਲ ਵਾਪਸ ਬੈਟਨ ਆ ਜਾਂਦਾ, ਇਹਦਾ ਮਤਲਬ ਉੱਪਰ ਚੇਨ ਪਹਿਰਾ ਚੱਲ ਰਿਹਾ, ਉਨੀ ਦੇਰ ਦੀ ਉਹਨੇ ਅਲਾਰਮ ਦੀ ਘੜੀ ਲਾਈ ਹੁੰਦੀ ਹੈ, ਅਲਾਰਮ ਦੀ ਘੜੀ ਜਦ ਵੱਜ ਜਾਂਦੀ ਹੈ, ਬੈਟਨ ਨਹੀਂ ਆਇਆ, ਉਹ ਸੁਚੇਤ ਹੋ ਜਾਂਦਾ, ਲੈ ਵੀ ਪੰਗਾ ਹੈ, ਕੋਈ ਕਿਸੇ ਨਾ ਕਿਸੇ ਨੂੰ ਰਾਸਤੇ ਚ ਘੇਰ ਲਿਆ। ਇਹ ਜਿਹੜੇ ਇਹ ਹੁੰਦੇ ਆ ਸਿਸਟਮ, ਫੁੱਲ ਪਰੂਫ ਸਿਸਟਮ, ਐਵੇਂ ਰੇਲਵੇ ਦਾ ਜਿਹੜਾ ਗੈਂਗ ਹੈ, ਸਿੰਗਲ ਲਾਈਨ ਤੇ ਸਿੰਗਲ ਗੈਂਗ ਹੈ, ਡਰਾਈਵਰ ਕੋਲ ਗੈਂਗ ਹੋਊਗਾ ਤਾਂ ਉਹ ਪਟੜੀ ਤੇ ਚੜੂ। ਇਹ ਇਸ ਕਿਸਮ ਦੇ ਸਿਸਟਮ ਬਣਾਉਣੇ ਬਹੁਤ ਸੌਖੇ ਹੈ, ਔਖੇ ਨਹੀਂ ਹੈ। ਇਹ ਤਾਂ ਪ੍ਰਿਮਿਟਿਵ ਟਾਈਮ ਦੇ ਵਿੱਚ ਅੰਗਰੇਜ਼ ਬਣਾ ਲੈਂਦਾ ਸੀ, ਅੱਜ ਤਾਂ ਕੰਪਿਊਟਰ ਦੇ ਯੁੱਗ ਦੇ ਵਿੱਚ ਬਣਾਉਣੇ ਬਹੁਤ ਸੌਖੇ ਹੈ, ਪਰ ਬਣਾਊਗਾ ਕੌਣ? ਜਿਹੜਾ ਖਾਣ ਵਾਲਾ ਹੈ ਉਹੀ ਉਹਦੇ ਉੱਤੇ ਦਾਇਤਵ ਹੈ ਰੂਲ ਬਣਾਉਣੇ, ਉਹ ਬਣਾਊਗਾ ਕਿਉਂ? ਕਿਉਂਕਿ ਉਹਨੇ ਤਾਂ ਖਾਣਾ। ਅੱਜ ਤੱਕ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਬੈਲੈਂਸਿੰਗ ਨਹੀਂ ਹੁੰਦੀ, ਲੇਖਾ ਜੋਖਾ ਸਾਲ ਬਾਅਦ ਨਹੀਂ ਜੁੜਦਾ ਪੰਜਾਬ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦਾ ਅੱਜ ਤੱਕ, ਸਭ ਨੂੰ ਪਤਾ ਹੈ। ਜਦ ਮੈਂ MLA ਬਣਿਆ ਸੀ, ਮੇਰੇ ਲਈ ਸ਼ੌਕਿੰਗ ਸੀ ਉਦੋਂ, ਮੈਨੂੰ ਮਨੋਰੰਜਨ ਕਾਲੀਆ ਜੀ ਨੇ ਕਿਹਾ ਬੜੀ ਜਲਦੀ ਡਬਲ ਐਂਟਰੀ ਸਿਸਟਮ ਹੋ ਜਾਊਗਾ, ਪਰ ਅੱਜ ਤੱਕ ਨਹੀਂ ਹੋਇਆ। ਇਹ ਕਰਪਸ਼ਨ ਕਰਾਂ ਜ਼ਿੰਮੇਵਾਰ ਪੋਲੀਟੀਸ਼ੀਅਨ। ਹਾਂਜੀ ਹਾਂਜੀ, ਇਹਦੇ ਨਾਲ ਚਲੋ ਅਸੀਂ ਦੂਸਰਾ ਟੋਪਿਕ ਵੀ ਡਿਸਕਸ ਕਰਦੇ ਹੈਗੇ ਆ, ਸ਼ਾਮ ਸੁੰਦਰ ਅਰੋੜਾ ਦਾ ਜਿਹੜਾ 150 ਕਰੋੜ ਦਾ ਜਿਹੜਾ ਇਹ ਘਪਲਾ ਆਇਆ, ਇਹ ਹੈ ਕੀ ਘਪਲਾ? ਇਹ ਪਹਿਲਾਂ ਬਰੀਫਲੀ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ, ਫਿਰ ਬਾਕੀ ਡਿਟੇਲ ਵਿੱਚ ਬਾਅਦ ਚ ਕਰਦੇ ਆਪਾਂ। ਇਹਦੇ ਚ ਇੱਕ ਇੰਡਸਟਰੀਅਲ ਯੂਨਿਟ ਹੈ ਜਿਹੜਾ ਸਿੱਖ ਹੋ ਗਿਆ, ਸਿੱਖ ਹੋਣ ਦੇ ਬਾਅਦ ਉਸ ਇੰਡਸਟਰੀਅਲ ਯੂਨਿਟ ਦੀ ਜਿਹੜੀ ਲੈਂਡ ਹੈ ਉਹ ਰਿਜ਼ਿਊਮ ਕਰ ਲਈ। ਉਹ ਰਿਜ਼ਿਊਮ ਕਰਨ ਦੇ ਬਾਅਦ ਹੁਣ ਹੋਇਆ ਕੀ ਹੈ, ਤਰੀਕਾ ਕੀ ਹੈ? ਹੁਣ ਤੁਸੀਂ ਚੰਡੀਗੜ੍ਹ ਦੇਖੋ, ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ CLU ਚੇਂਜ ਕਰ ਕਰਕੇ ਕਮਰਸ਼ੀਅਲ ਹੋਟਲਸ ਬਣ ਗਏ, ਮਾਲਸ ਬਣ ਗਏ, ਆਹੀ ਕੰਮ ਪੰਜਾਬ ਨੇ ਸ਼ੁਰੂ ਕਰ ਲਿਆ। ਇਹ ਹੈ ਤਾਂ ਕਰਪਸ਼ਨ ਦੇ ਅੱਡੇ। ਹੁਣ ਪੰਜਾਬ ਨੇ ਵੀ ਇਹ ਸ਼ੁਰੂ ਕਰ ਲਿਆ, ਤੇ ਸ਼ੁਰੂ ਕਰਨ ਚ ਕੀ ਹੈ ਕਿ ਉਸ ਨੂੰ ਰਿਜ਼ਿਊਮ ਕੀਤੇ ਹੋਏ ਪਲਾਟ ਨੂੰ ਇੱਕ ਪ੍ਰਾਈਵੇਟ ਬੰਦੇ ਨੂੰ ਦੇ ਦਿੱਤਾ। ਉਸ ਪ੍ਰਾਈਵੇਟ ਬੰਦੇ ਨੇ ਉਹਦੇ ਛੋਟੇ ਪਲਾਟ ਕਮਰਸ਼ੀਅਲ ਕੱਟ ਕੇ ਉਹ ਇੱਕ ਮਾਰਕੀਟ ਬਣਾ ਲਈ, ਮਾਰਕੀਟ ਬਣਾ ਕੇ ਹਜ਼ਾਰਾਂ ਕਰੋੜਾਂ ਦਾ ਸਕੈਮ ਕਰ ਲਿਆ, ਜਿਹਦੇ ਵਿੱਚ ਮੰਤਰੀ ਜੀ ਵੀ ਰਲੇ ਹੋਏ ਆ, ਜਿਹਦੇ ਵਿੱਚ ਸਾਰੇ ਰਲੇ ਹੋਏ ਆ। ਇਹ ਬਹੁਤ ਵੱਡਾ ਇਸ਼ੂ ਹੈ, ਇਹ ਬਲੋ ਅਪ ਕਰੂਗਾ, ਇਹ ਢੱਕਣ ਉੱਤੋਂ ਉੱਠਿਆ,
हूँ अंदरों बहुत बदबू निकलूगी साड़ा साड़ा सारी दुनिया नूं पता लगू जे प्लॉटिंग करनी सी ये पंजाब गवर्नमेंट दे अड्डे विंग्स हैगे आ पूडा जां होर हैगे आप ही कट के सीधा बेच दिंदे हैगे आ सरकारी खजाने विच एटली पैसा तां आ जांदा ओहदे च वी बेईमानी करदे आ गल तां तुहाडी ठीक है लुधियाने दे विच की कीता इन्हां ने शॉप कम फ्लैट सत्त बेचे साडे मंत्री जी हैं उहनां दे वाकफां ने बिड लाती बिड ला उहनां दी बिड लगी ओहदे बाद बिडिंग ब्लॉक करती किसी होर दी बिड आई होई नहीं चार बजे तक उहदे बाद अगले लुट के हो गए अगले दिन डेढ़ डेढ़ करोड़ बाते ते बेचते ये गल थोड़ी सही है इहदे च भी ठगी नहीं सी हो सकदी जिहदे च टेंडर कर दिंदे जे देना ही सीगा इंटरनेशनल टेंडर कर दे मल्टीपल कंपनीज आ जांदियां इह सिस्टम भी माड़ा नहीं है पर जे आप कट के बेच दिंदे उह भी सिस्टम माड़ा नहीं सी पर आप कट के जे तुसीं इसे तरह ऑक्शन इसे ढंग नाल करनी है हुण लुधियाने दा एक इंप्रूवमेंट ट्रस्ट ने एक मॉल बनाया उहदे 200 करोड़ दा रेट सी 200 करोड़ नूं घटा के 100 करोड़ ते लै आए 100 तो भी थले ले जाएंगे मैनू पता है कड़े बंदे ने देना उही बंदा लूगा उही बंदा लैके उहदी प्लॉट कट के खाऊगा ते बेचूगा आई नो किहदे लई कीता जा रिहा इह प्लान बना के कीता जांदा कि किहनूं देना इसे तरह फिर जिहड़ी बिडिंग कराउंदे आ बिडिंग दे विच सारे बंदिआं नूं कढ दिंदे आ जिहड़ा जिहनूं देना हुंदा है उह उहदे पैरामीटर्स दे अनुसार बिडिंग डॉक्यूमेंट बना दिंदे आ ਇਹਦੇ ਵਿੱਚ ਟਾਂਡਾ ਸਾਹਿਬ ਐਜ ਪਰ ਰੂਲ ਮੈਨੂੰ ਪਤਾ ਨਹੀਂ ਹੈ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈਗਾ ਮੰਨ ਲਓ ਇਸ ਤਰ੍ਹਾਂ ਦੀ ਪ੍ਰਾਪਰਟੀ ਤੁਸੀਂ ਲੈਣੇ ਹੈਗੇ ਆ ਕੋਈ ਗਵਰਨਮੈਂਟ ਵੱਲੋਂ 2-3 ਸਾਲ ਦਾ ਪੀਰੀਅਡ ਨਹੀਂ ਹੁੰਦਾ ਹੈਗਾ ਵੀ ਇਹਨੂੰ ਕਿਸ ਕੰਮ ਲਈ ਲੈਣਾ ਹੈਗਾ ਤੁਸੀਂ ਜਿਹਦੇ ਤੇ ਉਹ ਇਸ ਤਰ੍ਹਾਂ ਦੀ ਕੋਈ ਕਮਰਸ਼ੀਅਲ ਐਕਟੀਵਿਟੀ ਦਾ ਪਲੋਟਿੰਗ ਵਗੈਰਾ ਨਾ ਕਰ ਸਕਣ ਕੋਈ ਇਦਾਂ ਦਾ ਕਲੋਜ਼ ਨਹੀਂ ਹੁੰਦਾ ਐਜ ਪਰ ਰੂਲ ਕਲੋਜ਼ ਤਾਂ ਹੈ ਉਹਨੂੰ ਚੇਂਜ ਕੀਤਾ ਪੰਜਾਬ ਸਰਕਾਰ ਨੇ ਚੇਂਜ ਕਰਕੇ ਸੀਐਲਯੂ ਚੇਂਜ ਕਰਤਾ ਉਹਦਾ ਇੰਡਸਟਰੀਅਲ ਤੋਂ ਕਮਰਸ਼ੀਅਲ ਕਰਤਾ ਕਮਰਸ਼ੀਅਲ ਕਰਕੇ ਅੱਗੇ ਦੇਤਾ ਸੋ ਤਾਂ ਗਵਰਨਮੈਂਟ ਜਦ ਰੂਲ ਮੇਕਿੰਗ ਅਥਾਰਟੀ ਉਹ ਰਲੀ ਹੋਈ ਹੈ ਹਾਂਜੀ ਉਹਦੇ ਨਾਲ ਕੀ ਕਰੋਗੇ ਸਾਰੇ ਸਾਰੇ ਬੁੱਕਲ ਚ ਇਕੱਠੇ ਹੈ ਚਲੋ ਇੱਕ ਤਾਂ ਹੋਰ ਸਵਾਲ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਕਿਉਂਕਿ ਅਸੀਂ ਕੀਤਾ ਹੈਗਾ ਇੱਕ ਲੁਧਿਆਣੇ ਐਫ ਆਈ ਆਰ ਦਰਜ ਹੋਈ ਆ ਸਿਮਰਦੀਪ ਸਿੰਘ ਬੈਂਸ ਦੀ ਉਹ ਹਾਈ ਕੋਰਟ ਤੋਂ ਵੀ ਉਹਨਾਂ ਨੇ ਕਿਹਾ ਹੈਗਾ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਹੈਗੀ ਹੁਣ ਅਰੈਸਟ ਕਿਉਂ ਨਹੀਂ ਹੋ ਰਹੀ ਹੈਗੀ ਉਹਦੇ ਵਿੱਚ ਕੀ ਟੈਕਨੀਕਲ ਹਿੱਚ ਹੈਗੀ ਆ ਪਿਛਲੇ ਹਫਤੇ ਸੁਪਰੀਮ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਕਿ ਕਾਨੂੰਨ ਦੋਹਰਾ ਮਾਪਦੰਡ ਨਹੀਂ ਰੱਖ ਸਕਦਾ ਗਰੀਬ ਲਈ ਇੱਕ ਅਮੀਰ ਲਈ ਉਹਦੇ ਚ ਇੱਕ MLA ਸੀਗਾ ਉਹਨੂੰ ਫਟਕਾਰ ਪਈ ਹੈ ਤੇ ਸਾਡੇ ਕਮਿਸ਼ਨਰ ਸਾਹਿਬ ਕਹਿੰਦੇ ਹੈ ਉਹਨਾਂ ਨੂੰ ਅਸੀਂ ਸਵਾਲ ਕੀਤਾ ਕਮਿਸ਼ਨਰ ਸਾਹਿਬ ਨੂੰ ਕਿ ਕਮਿਸ਼ਨਰ ਸਾਹਿਬ ਸਾਰੇ ਰੇਪ ਦੇ ਕੇਸਿਸ ਦੇ ਵਿੱਚ ਤਾਂ ਤੁਸੀਂ ਉਦੋਂ ਹੀ ਫੜ ਲੈਂਦੇ ਇਹਨੂੰ ਕਿਉਂ ਨਹੀਂ ਫੜਦੇ ਕਹਿੰਦੇ ਰਿਸਪੋਨਸੀਬਲ ਸਿਟੀਜ਼ਨ ਹੈ MLA ਹੈ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਫਿਰ ਦੇਖਾਂ 8 ਮਹੀਨੇ ਪਹਿਲਾਂ ਐਵੀਡੈਂਸ ਨਹੀਂ ਇਕੱਠਾ ਹੋਇਆ ਹੁਣ ਉਹਦੇ 164 ਦੇ ਬਿਆਨ ਹੋ ਗਏ ਇੱਕ ਬਿਆਨ ਪ੍ਰੋਸੀਕਿਊਟਰਸ ਦੇ ਸਫੀਸ਼ੀਐਂਟ ਹੈ ਟੂ ਬ੍ਰਿੰਗ ਹੋਮ ਕਨਵਿਕਸ਼ਨ ਪਰ ਉਹ ਸਫੀਸ਼ੀਐਂਟ ਨਹੀਂ ਹੈ ਕਮਿਸ਼ਨਰ ਸਾਹਿਬ ਲਈ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਹਦੇ ਵਿੱਚ ਸਭ ਤੋਂ ਜਿਹੜੀ ਮਾੜੀ ਹਰਕਤ ਹੈ ਕੰਪਲੇਨੈਂਟ ਨੂੰ ਤਾਂ ਡਰਾਉਣ ਦੀਆਂ ਮੈਂ ਬੜੀ ਵਾਰ ਕਹਿ ਚੁੱਕਾ ਉਹਨੂੰ ਦੁਹਰਾਉਣਾ ਕੀ ਹੈ ਕਿ ਉਹਨੂੰ ਸਾਰੇ ਯਤਨ ਲਾਲੇ ਉਹਨੂੰ ਭੰਨਣ ਦੇ ਹੁਣ ਉਹਦਾ ਇੱਕ ਗਵਾਹ ਹੈ ਇੱਕ ਗਵਾਹ ਭੁਗਤਿਆ ਜਿੱਦਣ ਗਵਾਹ ਭੁਗਤਿਆ ਅਗਲੇ ਦਿਨ ਉਹਨੂੰ ਗਾਲਾਂ ਸੋਸ਼ਲ ਮੀਡੀਆ ਤੇ ਇਹਨੇ ਆਪਣੀ ਭਾਂਜੀ 25 ਲੱਖ ਚ ਵੇਚਤੀ ਇਹਦਾ ਬਾਪ ਫੀਮ ਵੇਚਦਾ ਸੀਗਾ ਇਹ ਮਾਲਕ ਤੀਵੀਂ ਦੋਨੇ ਕੰਜਰ ਖਾਨਾ ਕਰਾਉਂਦੇ ਆ ਮਤਲਬ ਉਸ ਬੰਦੇ ਨੂੰ ਭਜਾਉਣ ਲਈ ਕਿ ਉਹ ਗਵਾਹੀ ਨਾ ਦੇਵੇ ਓਪਨ ਖੁੱਲਾ ਸੱਦਾ ਦਿੱਤਾ ਹੋਇਆ ਕਮਿਸ਼ਨਰ ਪੁਲਿਸ ਨੇ ਲੁਧਿਆਣੇ ਨੇ ਤੇ ਪੂਰੀ ਪੰਜਾਬ ਦੀ ਪੁਲਿਸ ਨੇ ਕਿ ਮੁਲਜ਼ਮ ਜੋ ਮਰਜ਼ੀ ਕਰ ਲੈਣ ਭੰਨ ਦੇਣ ਵੱਢ ਦੇਣ ਟੁੱਕ ਦੇਣ ਗਵਾਹਾਂ ਨੂੰ ਕਮਾਲ ਹੈ ਇਸ ਕਿਸਮ ਦਾ ਜੰਗਲ ਰਾਜ ਇਸ ਕਿਸਮ ਦਾ ਤਾਂਡਵ ਨੰਗਾ ਨੱਚਿਆ ਜਾ ਰਿਹਾ ਪੁਲਿਸ ਦੇ ਰਹਿਮਤ ਦੇ ਨਾਲ ਪੁਲਿਸ ਦੀ ਛਤਰੀ ਦੇ ਨਾਲ ਪੁਲਿਸ ਦੀ ਪ੍ਰੋਟੈਕਸ਼ਨ ਦੇ ਨਾਲ ਉਹਨੂੰ ਫੜਨਾ ਨਹੀਂ ਹੈ ਨਾ ਹਲੇ ਵੀ ਨਹੀਂ ਫੜਨਾ ਉਹਦੇ ਲਈ ਵੀ ਸਾਨੂੰ ਕੋਰਟ 'ਚ ਜਾਣਾ ਪਊਗਾ ਇਹ ਬੜਾ ਦੁਖਦਾਈ ਮਾਹੌਲ ਹੈ ਇੱਕ ਮੈਨੂੰ ਦੱਸਿਓ ਸਿਮਰਦੀਪ ਸਿੰਘ ਬੈਂਸ ਲਈ MLA ਲਈ ਹੁਣ ਆਪਸ਼ਨ ਹੈ ਸੁਪਰੀਮ ਕੋਰਟ ਮੰਨ ਲਓ ਮਤਲਬ ਉਹ ਸੁਪਰੀਮ ਕੋਰਟ ਦੀ ਜੇ ਉਹ ਐਪਲੀਕੇਸ਼ਨ ਪਾਉਂਦੇ ਤੇ ਕਿੰਨੇ ਕੁ ਦਿਨਾਂ ਵਿੱਚ ਸੁਣਵਾਈ ਹੋ ਜਾਂਦੀ ਪ੍ਰਾਇੋਰਟੀ ਤੇ ਹੋਏਗੀ ਕਿ ਜਾਂ ਉਹ ਵੀ ਪੈਂਡਿੰਗ ਚੱਲਦਾ ਰਹਿੰਦਾ ਹੈਗਾ ਇਦਾਂ ਦੇ ਕੇਸ ਦੇ ਸੁਪਰੀਮ ਕੋਰਟ ਜਾਣ ਦਾ ਕੋਈ ਲਾਅ ਨਹੀਂ ਹੈ ਕੋਈ ਰਾਈਟ ਅੱਛਾ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਪਾਉਂਦੇ ਆ ਸਪੈਸ਼ਲ ਲੀਵ ਹੁੰਦੀ ਹੈ ਸੁਪਰੀਮ ਕੋਰਟ ਤੋਂ ਮੰਗਿਆ ਜਾਂਦਾ ਮੌਕਾ ਕਿ ਮੈਨੂੰ ਇਹਦੇ 'ਚ ਮੇਰੀ ਅਪੀਲ ਟ੍ਰੀਟ ਕਰਨ ਦੀ ਇਜਾਜ਼ਤ ਦਿਓ ਉਹ ਫਿਰ ਦੇਖਦੇ ਆ ਹਾਲਾਤ ਦੇਖ ਕੇ ਕਿ ਜਿੱਥੇ ਉਹਨਾਂ ਨੂੰ ਲੱਗੇ ਕਿ ਬਹੁਤ ਵੱਡਾ ਲੀਗਲ ਇਸ਼ੂ ਹੈ ਫਿਰ ਸੁਪਰੀਮ ਕੋਰਟ ਇਜਾਜ਼ਤ ਦਿੰਦਾ ਹੈ ਮੈਨੂੰ ਨਹੀਂ ਲੱਗਦਾ ਇਸ ਕੇਸ ਦੇ ਵਿੱਚ ਕਰਕੇ ਉਹ ਮਾਰਦੀ ਸੁਪਰੀਮ ਕੋਰਟ ਹਾਂ ਮੈਨੂੰ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਕਿਸਮ ਦੇ ਕੇਸ ਨੂੰ ਸਪੈਸ਼ਲ ਲੀਵ ਮਿਲ ਜਾਊ ਪਰ ਇਹ ਚਲੋ ਇਹ ਤਾਂ ਮੇਰਾ ਖਦਸ਼ਾ
अदालतां देखणगे जज साहिबान देखणगे कि है कि नहीं है। जे वह दे देंगे स्पैशल लीव तो मैं दस दवा ये बहुत बड़े सुप्रीम कोर्ट के ऑर्डर के गलां आने वाली है जिड़िया हैंडल करनिया बेंच साहब औखिया हो जाएगी पंजाब पुलिस नूं हैंडल करनिया औखिया हो जाएंगे इट विल बी टू हॉट टू होल्ड। एक एक दो लास्ट सवाल इस एपीसोड दे नवजोत सिद्धू हुण बने आ पीपीसी दे नवे प्रधान उन्होंने कहा जी जिहड़ा 18 पॉइंट एजेंडा हैगा पार्टी हाई कमांड दा मैं पूरा करांगा वो जो पूरा करना वो तो कैप्टन अमरिंदर ने करना हैगा क्योंकि मौके दे सीएम वो हैगे आ इस तरह का कुछ कर पाएंगे कि जां ये पोलिटिकल स्टेटमेंट सी मतलब इहदे विच की लगदा तुहानूं? ये बड़ा औखा काम है इन्हां दे हाथ च कुछ भी नहीं है इन्हां दे हाथ च तां सिर्फ वर्कर नाल कनैक्ट करना जिहड़ा गवर्नमेंट चलाना है वो सारे दा सारा कैप्टन अमरिंदर जी कोल हुण जे फिर इन्हां ने ठूठा लैके कैप्टन साहब दे अगे जाना है तो फिर यह हो हल्ला क्यों पाया एज ऑर्डनरी वर्कर भी कर लेना नाउ हुण सिचुएशन की है सोशल मीडिया च चल रहा है कि जिहड़ा इन्हां दा साबका प्रधान सी जाखड़ साहब ਉਹ ਇੱਕ ਬੰਦੇ ਨੂੰ ਕਹਿ ਰਹੇ ਆ ਦੂਜੇ ਮੰਤਰੀ ਨੂੰ ਕਿ ਕਰਪਟ ਹੈ ਭ੍ਰਿਸ਼ਟ ਹੈ ਇਹਨੇ ਇੱਕ ਇੰਡਸਟਰੀ ਲਾਣੀ ਹੈ ਪਲੱਸ ਦੇ ਨਾਲ ਇਹਨਾਂ ਨੇ ਕਹਿੰਦੇ ਡਬਲ ਕੰਪਨਸੇਸ਼ਨ ਲਈ ਆ ਡਬਲ ਕੰਪਨਸੇਸ਼ਨ ਲਈ ਰਾਣਾ ਸੋਢੀ ਜੀ ਇੱਕ ਦੂਜੇ ਮੰਤਰੀ ਬਾਰੇ ਕਹਿੰਦੇ ਆ ਉਹ ਚੋਰ ਉਹ ਮੰਤਰੀ ਹੈ ਉਹ ਜਾਖੜ ਸਾਹਿਬ ਨੂੰ ਕਹਿੰਦੇ ਆ ਰੀਤਾ ਚੋਰ ਹੈ ਇਹ ਇੱਕ ਸੋਸ਼ਲ ਮੀਡੀਆ ਦੇ ਵਿੱਚ ਹੁਣ ਮਜ਼ਾਕ ਜਿਹਾ ਚੱਲ ਰਿਹਾ ਸਾਰਾ ਹਾਂਜੀ ਜਿਹੜੇ ਬੰਦਿਆਂ ਨੂੰ ਕਹਿੰਦੇ ਸੀਗੇ ਸਿੱਧੂ ਸਾਹਿਬ ਬਰਾੜ ਸਾਹਿਬ ਨੂੰ ਫੁੱਟੇ ਜੀ ਨੂੰ ਕਿ ਇਹ ਮੇਰਾ ਬਾਪੂ ਹੈ ਹੁਣ ਜਿਹੜਾ ਬਾਪੂ ਹੈ ਉਹਦੇ ਤੇ 100 ਕਰੋੜ ਤੋਂ ਉੱਤੇ ਫਾਈਨ ਲਗਾ ਦਿੱਤਾ ਹੈ ਕਿਉਂਕਿ ਉਹ ਜੰਗਲਾਤ ਦੇ ਏਰੀਏ ਦੇ ਵਿੱਚ ਮਾਈਨਿੰਗ ਪ੍ਰੋਸੈਸ ਚਲਾਉਂਦਾ ਰਿਹਾ ਨਾਲ ਦੂਜਾ ਮੰਤਰੀ ਹੈ ਜਿਹਨੂੰ ਜਿਹਦੇ ਇਨਕੁਆਇਰੀ ਕਰਾਈ ਜਿਹਦੇ ਜਿਹੜਾ ਅੜਿੱਕਾ ਡਾਂਦਾ ਸੀ ਸਿੱਧੂ ਸਾਹਿਬ ਦੀ ਇਨਕੁਆਇਰੀ ਜਿੱਥੇ ਬਲਵਿੰਦਰ ਸਿੰਘ ਹੁਣ DSP ਸੀ ਉਹਦੇ ਘਰ ਜਾਣਾ ਪੈ ਗਿਆ ਉਹਦੇ ਘਰ ਜਾ ਕੇ ਆਏ ਐਂਡ ਜਿੰਨੇ ਵੀ ਇਹਨਾਂ ਦੇ ਇਰਦ ਗਿਰਦ ਖੜੇ ਆ ਬੰਦੇ ਜਿਹਨਾਂ ਨੂੰ ਇਹ ਸੋਚਦੇ ਹੈ ਕਿ ਉਹਨਾਂ ਦੇ ਪਾਵਿਆਂ ਦੇ ਉੱਤੇ ਇਹਨਾਂ ਨੇ ਆਪਣਾ ਪੀੜਾ ਟਿਕਾਣਾ ਹੈ ਉਹ ਸਾਰੇ ਹੀ ਪਾਵੇ ਚੋਰ ਹੈ ਸਾਰੇ ਹੀ ਪਾਵੇ ਕਰਪਟ ਹੈ ਤਾਂ ਜਿਹੜਾ ਇਹਨਾਂ ਦਾ ਪੀੜਾ ਹੋਊਗਾ ਜਿਹਦੇ ਤੇ ਬੈਠ ਕੇ ਇਹ ਆਪਣਾ ਤਖਤ ਬਣਾਉਣਗੇ ਉਹਨਾਂ ਦਾ ਤਖਤ ਡੋਲੂਗਾ ਨੀ ਉਹ ਚੱਲੂਗਾ ਕਿਵੇਂ ਕਿਉਂਕਿ ਜੇ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਪੂਰੀਆਂ ਕਰਨਗੇ ਤਾਂ ਪਾਵੇ ਵੱਢਣੇ ਪੈਣੇ ਹਨ ਜੇ ਪਾਵੇ ਵੱਢਣਗੇ ਤਾਂ ਇਹਨਾਂ ਦਾ ਤਖਤ ਡਿੱਗ ਜੂ ਸੋ ਜਿਹੜੇ ਤਖਤ ਤੇ ਖੜੇ ਹੈ ਉਹ ਤਖਤ ਕਰਪਸ਼ਨ ਦਾ ਤਖਤ ਹੈ ਉਹਨੂੰ ਕਿੱਦਾਂ ਡਿਸਮੈਂਟਲ ਕਰਨਗੇ ਇਹ ਸਿੱਧੂ ਸਾਹਿਬ ਅੱਗੇ ਇੱਕ ਮਿਲੀਅਨ ਡਾਲਰ ਕੁਐਸਚਨ। ਇੱਕ ਲਾਸਟ ਸਵਾਲ ਇਸ ਐਪੀਸੋਡ ਦਾ ਪੰਜਾਬ ਦੇ ਲੋਕੀ ਇੱਕ ਫਾਰਮਰ ਐਜੂਕੇਸ਼ਨ ਉਹ ਮੈਂ ਸੈਪਰੇਟ ਪ੍ਰੋਗਰਾਮ ਕਰਾਂਗਾ ਇੱਕ ਦੋ ਦਿਨ ਬਾਅਦ ਤੁਹਾਨੂੰ ਪਤਾ ਬੜੀ ਸਿਚੁਏਸ਼ਨ ਵੋਲੇਟਾਈਲ ਹੈ ਮੋਦੀ ਸਾਹਿਬ ਵੀ ਨਹੀਂ ਗੱਲ ਸੁਣ ਰਹੇ ਹੈਗੇ ਕਿਸਾਨ ਵੀ ਹੁਣ ਉਹਨਾਂ ਦਾ ਸਬਰ ਖਤਮ ਹੋ ਰਿਹਾ ਹੈਗਾ ਦੇਖੋ ਮੇਜਰ ਵੋਟ ਬੈਂਕ ਪਿੰਡਾਂ ਵਾਲੇ ਕਿਸਾਨ ਹੈਗੇ ਆ ਉਹਨਾਂ ਨੂੰ ਲੋਕਾਂ ਨੂੰ ਇਸ ਪੋਲੀਟੀਕਲ ਸਿਸਟਮ ਵਿੱਚ ਕੋਈ ਉਹਨਾਂ ਨੂੰ ਗਮਰਾਹ ਨਾ ਕਰੇ ਬੇਵਕੂਫ ਨਾ ਬਣਾ ਕੇ ਫਿਰ ਵੋਟਾਂ ਲੈ ਜਾਵੇ ਜਾਂਦੇ ਜਾਂਦੇ ਕੋਈ ਪੰਜਾਬ ਦੇ ਸਾਡੇ ਲੋਕਾਂ ਨੂੰ ਕੋਈ ਮੈਸੇਜ ਜ਼ਰੂਰ ਦਿਓ ਆਪਣੇ ਵੱਲੋਂ। ਦੇਖੋ ਫਾਰਮਰ ਬੜਾ ਇਲੈਕਟਡ ਹੈ ਤੁਸੀਂ ਕਿ ਅੱਜ ਦਾ ਜਿਹੜਾ ਫਾਰਮਰ ਹੈ ਉਹਨੂੰ ਸਿਰਫ ਹਲ ਚਲਾਉਣਾ ਆਉਂਦਾ ਨਹੀਂ ਫਾਰਮਰ ਬਹੁਤ ਇੰਟੈਲੀਜੈਂਟ ਹੈ ਫਾਰਮਰ ਬਹੁਤ ਸਿਆਣਾ ਹੈ ਉਹਨਾਂ ਦੀ ਏਡ ਦੇ ਵਿੱਚ ਬੜੇ ਬੜੇ ਵੱਡੇ ਇੰਟਲੈਕਚੁਅਲ ਬੰਦੇ ਹੈ ਉਹਨਾਂ ਨੂੰ ਗਾਈਡ ਕਰਨ ਵਾਲੇ ਮਨਿਊਵਰ ਕਰਨ ਵਾਲੇ ਬੜੇ ਐਸਟੀਊਟ ਪੋਲੀਟੀਕਲ ਸਿਸਟਮ ਨੂੰ ਸਮਝਣ ਵਾਲੇ ਬੰਦੇ ਹੈ ਐਂਡ ਫਾਰਮਰ ਸਮਝਦਾ ਐਂਡ ਜਿਹੜਾ ਜਿਸ ਤਰ੍ਹਾਂ ਕਾਂਗਰਸ ਸਮਝਦੀ ਸੀ ਕਿ ਅਸੀਂ ਬਹੁਤ ਵੱਡਾ ਫਾਰਮਰਸ ਦੀ ਮਦਦ ਕਰ ਦਿੱਤੀ ਪਤਾ ਨਹੀਂ ਸਾਡੇ ਮਗਰ ਹੀ ਇਨੈਮਲ ਹੋ ਜਾਣਗੇ ਹੁਣ ਤੁਸੀਂ ਦੇਖਿਆ ਕਿਵੇਂ ਸਿੱਧੂ ਸਾਹਿਬ ਤੇ ਰਿਐਕਟ ਕੀਤਾ ਹੈ ਕਿਵੇਂ ਪੰਜਾਬ ਸਰਕਾਰ ਤੇ ਉਹਨਾਂ ਨੇ ਰਿਐਕਟ ਕੀਤਾ ਤੇ ਅੰਡਰਸਟੈਂਡ ਦੇਅਰ ਵੈਲ ਬੀਇੰਗ ਇਹ ਮੈਂ ਸਮਝਦਾ ਕਿਸੇ ਨੂੰ ਪੰਜਾਬ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਕੋਈ ਰਾਏ ਦੇਣ ਦੀ ਲੋੜ ਨਹੀਂ ਲੋਕ ਸਿਆਣੇ ਹੈ ਪਰ ਇੱਕ ਗੱਲ ਪੱਕੀ ਹੈ ਕਿ ਲੋਕਾਂ ਨੂੰ ਵੋਟ ਸਿਆਣੇ ਨੂੰ ਪਾਉਣੀ ਚਾਹੀਦੀ ਹੈ ਇਮਾਨਦਾਰ ਨੂੰ ਪਾਉਣੀ ਚਾਹੀਦੀ ਹੈ ਪਰ ਪ੍ਰੋਬਲਮ ਇਹ ਹੈ ਕਿ ਜੇ ਮੰਡੀ ਚ ਮਾਲ ਸਾਰਾ ਹੀ ਖਰਾਬ ਹੈ ਤਾਂ ਕਿਹੜਾ ਮਾਲ ਚੱਕਣ ਦਾਲ ਸਾਰੀ ਗੜੀਓ ਪਈ ਆ ਪਰ ਉਹ ਜਿਹੜੇ ਦਾਣੇ ਠੀਕ ਹੋਣਗੇ ਉਹਦੇ ਲੱਭਣੇ ਪੈਣਗੇ ਉਹਨਾਂ ਨੂੰ ਜਦ ਪੂਰੇ ਦੀ ਪੂਰੀ ਬਾਟੀ ਦਾਲ ਦੀ ਕੋਕੜੂਆਂ ਨਾਲ ਭਰੀ ਪਈ ਹੈ ਤੇ ਦਾਲ ਕਿੱਥੋਂ ਲਿਆਣ ਉਹ ਚੁਗਣ ਕਾਹਦੇ ਚ ਇਹ ਕੋਕੜੂ ਚੁਗਣ ਵਾਲੀ ਗੱਲ ਨਹੀਂ ਰਹਿ ਗਈ ਹੁਣ ਤਾਂ ਦਾਲ ਚੁੱਕ ਕੇ ਖਾਣ ਵਾਲੀ ਗੱਲ ਰਹਿ ਗਈ। ਚਲੋ ਬਹੁਤ ਸੋਹਣਾ ਤੁਸੀਂ ਮੈਸੇਜ ਦਿੱਤਾ ਵੀ ਸਾਡੇ ਦਰਸ਼ਕਾਂ ਨੂੰ ਚਾਹੀਦਾ ਕੋਕੜੂਆਂ ਤੋਂ ਬਚੋ ਤੇ ਜਿਹੜੇ ਤੁਹਾਨੂੰ ਠੀਕ ਲੱਗਦੇ ਦਾਲ ਦੇ ਜਿਹੜੇ ਦਾਣੇ ਉਹਨਾਂ ਵੱਲ ਅਟਰੈਕਟ ਹੋਵੋ। ਢਾਂਡਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਥੈਂਕ ਯੂ ਭਾਜੀ ਜੈ ਹਿੰਦ ਥੈਂਕ ਯੂ ਥੈਂਕ ਯੂ।